ਮੋਦੀ ਜੀ ਦੀ ਹੈ। ਇੱਥੇ ਬੈਠੇ ਮੇਰੀ ਪ੍ਰਧਾਨ, ਮੇਰੇ ਐਕਸ ਪ੍ਰਧਾਨ, ਬਾਕੀ ਸਾਡੇ ਗਿਰਜਰ ਸਿੰਘ ਜੀ, ਸਾਰੇ ਜਿੰਨੇ ਵੀ ਨੇ ਮੇਰੇ ਤੋਂ ਛੋਟੇ, ਮੇਰੇ ਤੋਂ ਬੜੇ, ਸਭ ਦੀ ਰਿਸਪੈਕਟ ਸਤਿ ਸ਼੍ਰੀ ਅਕਾਲ ਬੁਲਾਉਂਦੀ ਹਾਂ। ਔਰ ਆਪਣੀ ਬੱਚੀਆਂ ਨੂੰ, ਮੇਰੀਆਂ ਮਾਤਾ ਭੈਣਾਂ ਜੋ ਬੈਠੀਆਂ ਨੇ, ਉਹਨਾਂ ਨੂੰ ਵੀ ਕਰਦੀ ਹਾਂ। ਸਿਰਫ ਬਾਕੀ ਬਿੱਟੂ ਬਾਰੇ, ਸਭ ਬਾਰੇ, ਜਿਸ ਤਰ੍ਹਾਂ ਕਿਹਾ ਕਿ ਮੋਦੀ ਜੀ ਦੇ MP ਮੋਦੀ ਜੀ ਨੇ ਕੋਈ ਕਰਪਸ਼ਨ ਨਹੀਂ ਕੀਤੀ, ਇਸੇ ਤਰ੍ਹਾਂ ਸਰਦਾਰ ਬੇਅੰਤ ਸਿੰਘ ਜੀ ਨੇ ਕੋਈ ਕਰਪਸ਼ਨ ਨਹੀਂ ਕੀਤੀ ਔਰ ਆਪਣੀ ਸ਼ਹਾਦਤ ਦਿੱਤੀ। ਔਰ ਬਿੱਟੂ ਨੇ 15 ਸਾਲ MP ਰਹਿ ਕੇ, 5 ਸਾਲ ਆਨੰਦਪੁਰ ਸਾਹਿਬ, 10 ਸਾਲ ਇੱਥੇ, 1% ਵੀ ਕਰਪਸ਼ਨ ਨਹੀਂ ਕੀਤੀ, ਸਿਰਫ ਸੇਵਾ ਭਾਵਨਾ। ਸ਼ਾਸਤਰੀ ਨਗਰ 'ਚ ਤਾਂ ਅੱਜ ਬਹੁਤ ਹੀ, ਕਿਉਂਕਿ ਸਾਡਾ ਇਹ ਜਿੱਤਿਆ ਹੋਇਆ ਵਾਰਡ ਆ ਹਮੇਸ਼ਾ, ਇਹ ਸ਼ਾਸਤਰੀ ਨਗਰ 'ਚ ਹਮੇਸ਼ਾ ਦੀ ਤਰ੍ਹਾਂ ਹੀ ਹੰਗਾਰਾ ਮਿਲਿਆ ਔਰ ਅੱਜ ਵੀ ਬਹੁਤ ਅੱਛਾ ਹੰਗਾਰਾ ਮਿਲਿਆ। ਸਾਡੀ ਸਾਰੀ ਪੰਜਾਬ ਦੀ ਲੀਡਰਸ਼ਿਪ ਅੱਜ ਇੱਥੇ ਪਹੁੰਚੀ ਹੈ, ਸਾਡੀ ਸਾਰੀ ਮਾਤਰੀ ਸ਼ਕਤੀ ਔਰ ਸਾਰੇ ਹੀ ਵੋਟਰ ਸਾਹਿਬਾਨ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਭਾਜਪਾ ਦੇ ਪ੍ਰਤੀ ਇਸ ਵਾਰ। ਸੋ ਇਸ ਵਾਰ ਜੋ ਨਰਿੰਦਰ ਭਾਈ ਮੋਦੀ ਜੀ ਦਾ 400 ਪਾਰ ਦਾ ਨਾਰਾ, ਉਸ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਅੰਦਰ ਜਿਹੜੀ ਉਸਮਾਲਾ ਦੇ ਅੰਦਰ ਅਸੀਂ ਲੁਧਿਆਣਾ ਜ਼ਿਲ੍ਹੇ ਤੋਂ ਸਰਦਾਰ ਰਣਜੀਤ ਸਿੰਘ ਬਿੱਟੂ ਮਣਕੇ ਦੇ ਰੂਪ ਵਿੱਚ ਭੇਜਾਂਗੇ, ਜੋ ਕਿ ਮੋਦੀ ਸਾਹਿਬ ਦੀ 400 ਦੀ ਮਾਲਾ ਦੇ ਵਿੱਚ ਆਪਦਾ ਹਿੱਸਾ ਬਣਨਗੇ। ਇੰਨਾ ਵਧੀਆ ਹੰਗਾਰਾ ਮਿਲਿਆ, ਹੋਰ ਵੀ ਅਸੀਂ ਪਾਕਿਸਤਾਨ ਜਾਂਦੇ ਹਾਂ, ਲੇਕਿਨ ਇੱਥੇ ਜਿੰਨਾ ਹੰਗਾਰਾ ਮਿਲਿਆ ਕਿਉਂਕਿ ਸਾਡਾ BJP ਦਾ ਵਾਰਡ, ਸਾਡੇ ਸਵਰਗੀ ਤੇਲੂ ਰਾਮ ਜੀ ਜੋ ਕਿ ਇੱਥੋਂ ਕੌਂਸਲਰ ਬਣਦੇ ਰਹੇ ਨੇ, ਨਗਰ ਕੌਂਸਲ ਦੇ ਪ੍ਰਧਾਨ ਬਣਦੇ ਰਹੇ ਨੇ ਲਗਾਤਾਰ, ਇੰਨਾ ਵਧੀਆ ਉਹਨਾਂ ਨੂੰ ਪਿਆਰ ਮਿਲਦਾ ਸੀ। ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਵੀ, ਸਾਰੇ ਜਿੰਨੇ ਵਰਕਰ ਨੇ BJP ਦੇ, ਉਹਨਾਂ ਨੂੰ ਯਾਦ ਕਰਦੇ ਹੋਏ ਵੀ ਅਸੀਂ ਕਮਲ ਦੇ ਫੁੱਲ ਦੇ ਮੋਹਰਾਂ ਲਾ ਕੇ ਇੱਥੋਂ ਵੱਧ ਵੋਟਾਂ ਕੱਢ ਕੇ ਭੇਜ। ਪੂਰਾ ਉਤਸ਼ਾਹ ਜੀ ਲੋਕਾਂ ਦੇ ਵਿੱਚ, ਪੂਰਾ ਉਤਸ਼ਾਹ ਜੀ, ਬਹੁਤ ਜ਼ਿਆਦਾ ਵਿਚਾਰ ਲੇਡੀਜ਼ ਵੀ ਅਤੇ ਜੈਂਟਸ ਦੇ ਵਿੱਚ ਵੀ ਬਹੁਤ ਜ਼ਿਆਦਾ ਉਤਸ਼ਾਹ। ਕਮਲ ਪਾਸੇ ਦਿਖ ਰਿਹਾ ਕਮਲ ਦਾ ਫੁੱਲ ਹੈ, ਕਾਂਗਰਸ ਦਾ ਬੇੜਾ ਗੁੱਲ ਹੈ, ਤੁਹਾਡੇ ਸਾਹਮਣੇ ਦਿਖ ਰਿਹਾ ਦੇਖਣ ਦੁਕਾਨ ਦੇ ਵਿੱਚ ਤਾਂ ਦੇਖੀ ਜਿੱਥੇ ਬੰਦੇ ਨਾ ਹੋਣ। ਵੋਟਰਾਂ 'ਚ ਕਿੰਨਾ ਕੁ ਉਤਸ਼ਾਹ ਮਿਲ ਰਿਹਾ ਜੀ? ਇੱਥੇ ਬੀਬੀਆਂ 'ਚ ਵੀ ਉਤਸ਼ਾਹ ਹੁੰਦੀ ਹੈ ਤਾਂ ਜ਼ਿਆਦਾ ਬੀਬੀਆਂ, ਚਾਰੋਂ ਪਾਸੇ ਉਤਸ਼ਾਹ, ਕਮਲ ਦਾ ਫੁੱਲ ਹੈ ਸਾਰੇ ਪਾਸੇ, ਪੰਜਾਬ ਕਿਆ ਹਿੰਦੁਸਤਾਨ ਪੂਰੇ।